ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਇੱਕ ਵਾਰ ਇੱਕ ਸੰਤ ਜੀ ਇੱਕ ਕਿਤਾਬ ਲਿਖਦੇ ਉਹਦੇ ਵਿੱਚ ਉਹ ਲੋਕ ਪਾਤਲ ਸਵਰਗ ਹਰ ਤਰ੍ਹਾਂ ਦੀ ਉਹਦੇ ਵਿੱਚ ਰਚਨਾ ਕਰਦੇ ਜਿਸ ਦਾ ਗਿਆਨ ਉਹ ਆਪਣੇ ਸ਼ਿਸ਼ਿਆ ਨੂੰ ਵੀ ਦੇਣਾ ਚਾਹੁੰਦੇ ਇੱਕ ਦਿਨ ਉਹਨੇ ਆਪਣੇ ਸਾਰੇ ਸ਼ਿਸ਼ ਇਕੱਠੇ ਕਰਕੇ ਕਿਹਾ ਵੀ ਅੱਜ ਤਾਂ ਤੁਹਾਨੂੰ ਮੈਂ ਗਿਆਨ ਦੀਆਂ ਗੱਲਾਂ ਦੱਸਾਂਗਾ ਜੋ ਜ਼ਿੰਦਗੀ ਚ ਬਹੁਤ ਕੰਮ ਆਉਣਗੇ ਉਹਨਾਂ ਨੂੰ ਬਿਠਾ ਲੇ ਉਹ ਦੇਖਦੇ ਆ ਵੀ ਇੱਕ ਬਿੱਲੀ ਦਾ ਬਲੂੰਗੜਾ ਵੀ ਕੋਲ ਆ ਕੇ ਬੈਠ ਜਾਂਦਾ ਓਨੂੰ ਜੋ ਵੀ ਦੱਸਦੇ ਆ ਉਹ ਵੀ ਆਰਾਮ ਨਾਲ ਉੱਥੇ ਬੈਠ ਕੇ ਸੁਣਦਾ ਜਦੋਂ ਸਮਾਪਤੀ ਹੁੰਦੀ ਹੈ ਇੱਕ ਪੇਜ ਦੀ ਤੇ ਉਹ ਚਲਾ ਜਾਂਦਾ ਪਾਪ ਸਾਰੇ ਜਣੇ ਉੱਠ ਜਾਂਦੇ ਤੇ ਬਿੱਲੀ ਦਾ ਬਲੂੰਗੜਾ ਵੀ ਉੱਥੋਂ ਉੱਠ ਕੇ ਚਲਾ ਜਾਂਦਾ ਐਵੇਂ ਕਰਦੇ ਕਰਦੇ ਮਹੀਨਾ ਭਰ ਦੇਖਦੇ ਨੇ ਵੀ ਉਹ ਜਿਹੜਾ ਬਲੂੰਗੜਾ ਹੈ ਉਹ ਵੀ ਆ ਕੇ ਸੁਣਦਾ ਹੁੰਦਾ ਜਦੋਂ ਸੰਤ ਜੀ ਨੂੰ ਲੱਗਾ ਵੀ ਇਹ ਕੋਈ ਨਾ ਨੇਕ ਰੋਹੀ ਤੇ ਕਿਸੇ ਪਾਪ ਕਰਮ ਕਰਕੇ ਤੇ ਇਹਨੂੰ ਇਹ ਬਿੱਲੀ ਦੀ ਜੂਨ ਮਿਲ ਗਈ ਇਸ ਕਰਕੇ ਸੰਤ ਜੀ ਅਜਮਾਉਣ ਲੇ ਨਾ ਰੋਜ਼ ਜਦੋਂ ਨਵਾਂ ਪੇਸ਼ ਸ਼ੁਰੂ ਕਰਨਾ ਤੇ ਉਹਦੇ ਜਿਹੜਾ ਸਿਰ ਸੀ ਨਾ ਉਹਦੇ ਉੱਤੇ ਇੱਕ ਦੀਵਾ ਬਾਲ ਕੇ ਰੱਖ ਦਿਆ ਕਰਨਾ ਐਵੇਂ ਕਰਦੇ ਕਰਦੇ ਲਗਭਗ ਇੱਕ ਸਾਲ ਦਾ ਸਮਾਂ ਲੱਗ ਗਿਆ ਹੁਣ ਸੰਤ ਜੀ ਨੂੰ ਪੂਰਾ ਭਰੋਸਾ ਹੋ ਗਿਆ ਵੀ ਜਿਹੜਾ ਇਹ ਬਿੱਲੀ ਦਾ ਪਲੁੰਗੜਾ ਹੈ ਨਾ ਇਹ ਪੂਰੀ ਤਰ੍ਹਾਂ ਇਹਦੀ ਪਰਵਰਤੀ ਬਦਲ ਗਈ ਹੁਣ ਇਹਨੂੰ ਵੀ ਪੂਰਾ ਲੋਕ ਪਤਾਲ ਆਕਾਸ਼ ਸਵਰਗ ਨਰਕ ਸਾਰੀਆਂ ਚੀਜ਼ਾਂ ਦਾ ਗਿਆਨ ਪ੍ਰਾਪਤ ਹੋ ਗਿਆ ਇਹ ਹੁਣ ਵਿਦਿਆਵਾਨ ਹੋ ਗਿਆ ਹੁੰਦਾ ਕੀ ਏ ਵੀ ਜਿੱਦਨ ਉਹ ਕਿਤਾਬ ਦਾ ਅੰਤ ਹੁੰਦਾ ਹੈ ਭਾਵ ਪੂਰਾ ਗਿਆਨ ਸਭ ਨੂੰ ਦੇ ਦਿੱਤਾ ਹੁੰਦਾ ਹੈ ਤੇ ਸੰਤ ਜੀ ਕਹਿੰਦੇ ਅੱਜ ਨਾ ਮੈਂ ਇੱਕ ਛੋਟਾ ਜਿਹਾ ਹਵਨ ਕਰਾਂਗਾ ਉਹ ਕੀ ਕਰਦੇ ਆ ਵੀ ਪੂਰੀਆਂ ਆਹੋਤੀਆਂ ਬੜਾ ਕੁਝ ਆਪਣੇ ਕੋਲ ਰੱਖ ਲੈਂਦੇ ਆ ਤੇ ਬਿੱਲੀ ਦਾ ਬਲੂੰਗੜਾ ਫੇਰ ਆ ਜਾਂਦਾ ਉਹਦੇ ਸਿਰ ਤੇ ਦੀਵਾ ਰੱਖ ਦਿੰਦੇ ਓਵੇਂ ਉਹ ਬੈਠਿਆ ਹੁੰਦਾ ਐਨੇ ਨੂੰ ਕੀ ਹੁੰਦਾ ਵੀ ਇੱਕ ਨਾ ਚੂਹਾ ਉੱਥੇ ਆ ਜਾਂਦਾ ਬਿੱਲੀ ਦਾ ਬਲੂੰਗੜਾ ਉਹ ਚੂਹੇ ਨੂੰ ਵੇਖ ਕੇ ਉਹ ਤੇ ਚਪਟਾ ਮਾਰਦਾ ਨਾਲੇ ਤੇ ਉਹ ਜਿਹੜਾ ਦੀਵਾ ਜਗਾਇਆ ਹੁੰਦਾ ਸਿਰ ਤੇ ਉਹ ਡੋਲਦਾ ਆਸੇ-ਪਾਸੇ ਜਿੰਨੇ ਉਹਦੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਸਮਗਰੀਆਂ ਪਈਆਂ ਹੁੰਦੀਆਂ ਨੇ ਸਾਰੀਆਂ ਲੇਥੂ-ਪੇਤੂ ਹੋ ਜਾਂਦੀਆਂ ਉਹ ਇੱਕ ਚਪट्टे 'ਚ ਚੂਹੇ ਨੂੰ ਮਾਰ ਕੇ ਤੇ ਮੂੰਹ 'ਚ ਪਾ ਕੇ ਖਾ ਜਾਂਦਾ ਉਹ ਸਮੇਂ ਸੰਤ ਜੀ ਇੱਕ ਗੱਲ ਕਹਿੰਦੇ ਕਹਿੰਦਾ ਗੰਨਾ ਕਦੇ ਆਪਣੀ ਮਿਠਾਸ ਨਹੀਂ ਛੱਡਦਾ ਆਂਬ ਭਾਵੇਂ ਕਿੰਨਾ ਰਸਿਆ ਹੋਵੇ ਪੱਕ ਜਾਏ ਤਾਂ ਵੀ ਆਪਣੀ ਖਟਾਸ ਨਹੀਂ ਛੱਡਦਾ ਭਲੇ ਮਨੁੱਖ ਨਾਲ ਭਾਵੇਂ ਕੋਈ ਕਿੰਨਾ ਵੀ ਬੁਰਾ ਕਰੇ ਉਹ ਆਪਣੀ ਪਲਾਈ ਨਹੀਂ ਛੱਡਦਾ ਤੇ ਦੁਸ਼ਟ ਆਪਣਾ ਦੁਸ਼ਟਪਨ ਕਦੀ ਨਹੀਂ ਛੱਡਦੇ ਇਹ ਕਿਆ ਵੀ ਕਦੇ ਵੀ ਸਾਰੇ ਆਪਣੇ ਸਿੱਖ ਨੂੰ ਕਿਆ ਵੀ ਕਦੇ ਵੀ ਤੁਸੀਂ ਕਿਸੇ ਤੇ ਇੰਨਾ ਵਿਸ਼ਵਾਸ ਨਾ ਕਰ ਬੈਠਿਓ ਵੀ ਬਾਅਦ ਚ ਤੁਹਾਨੂੰ ਤਾਂ ਪਹਿਲਾਂ ਤਾਂ ਲੱਗਿਓ ਬਦਲ ਗਿਆ ਪਰ ਬਾਅਦ ਚ ਜੋ ਤੁਹਾਨੂੰ ਧੋਖਾ ਦੇਵੇ ਤੇ ਪਛਤਾਣ ਲਈ ਤੁਹਾਡੇ ਹੱਥ ਕੁਝ ਨਾ ਹੋਵੇ ਇਸ ਲਈ ਕਦੀ ਵੀ ਜੋ ਮਾੜੀ ਪਰਵਰਤੀ ਵਾਲਾ ਇੱਕ ਵਾਰ ਕਿਸੇ ਨੇ ਕੋਈ ਔਗਣ ਕੀਤਾ ਉਹ ਔਗਣ ਨੂੰ ਬਾਰ ਬਾਰ ਦੁਹਰਾ ਰਿਹਾ ਪਰ ਕੁਝ ਸਮਾਂ ਉਸ ਨੂੰ ਛੱਡ ਦੇ ਤੇ ਤੁਸੀਂ ਉਸ ਤੇ ਵਿਸ਼ਵਾਸ ਕਰ ਲਓ ਵੀ ਹਾਂ ਇਹ ਮਾੜਾ ਕੰਮ ਨਹੀਂ ਕਰੇਗਾ ਤੇ ਉਸਤੇ ਕਦੇ ਵੀ ਵਿਸ਼ਵਾਸ ਨਾ ਕਰਿਓ ਕਿਉਂਕਿ ਉਹ ਆਪਣੀ ਪਰਵਰਤੀ ਆਪਣਾ ਸੁਭਾਗ ਕਦੇ ਨਹੀਂ ਬਦਲਦਾ ਇੱਕ ਵਾਰ ਨਾ ਪਿੰਡ ਤੋਂ ਬਾਹਰ ਇੱਕ ਸੰਤ ਜੀ ਬੈਠ ਕੇ ਨਾਮ ਜਪਿਆ ਕਰਦੇ ਨੇ ਪਰ ਪਿੰਡ ਦੇ ਕੁਝ ਲੋਕ ਉਹ ਸੰਤ ਜੀ ਤੋਂ ਬੜੇ ਖਫਾ ਰਿਹਾ ਕਰਦੇ ਉਹ ਸੰਤ ਜੀ ਨੂੰ ਕਦੀ ਕੁਝ ਕਿਹਾ ਕਰਦੇ ਤੇ ਕਦੀ ਕੁਝ ਕਿਹਾ ਕਰਦੇ ਉਹਨਾਂ ਸੰਤ ਜੀ ਬਾਰੇ ਮਾੜਾ ਬੋਲਿਆ ਕਰਨਾ ਇੱਕ ਵਾਰ ਮਨੁੱਖੋ ਤੋਂ ਸਾਰੀਆਂ ਗੱਲਾਂ ਸੁਣ ਕੇ ਉੱਥੇ ਇੱਕ ਬੜੇ سارے ਲੋਕ ਬੈਠੇ ਸੀ ਜੋ ਸੰਤ ਜੀ ਬਾਰੇ ਮਾੜਾ ਬੋਲਦੇ ਪਏ ਸੀ ਕੁਝ ਚੰਗਾ ਹੀ ਬੋਲਦੇ ਪਏ ਸੀ ਇੱਕ ਨੇ ਵਾਵਾ ਤੱਤਾ ਬੋਲਤਾ ਉੱਥੇ ਸਾਰੀਆਂ ਗੱਲਾਂ ਸੁਣ ਕੇ ਤੇ ਆ ਕੇ ਸੰਤ ਜੀ ਨੂੰ ਕਹਿੰਦਾ ਸੰਤ ਜੀ ਨਗਰ ਦਾ ਫਲਾਣਾ ਬੰਦਾ ਤੁਹਾਡੇ ਬਾਰੇ ਬਹੁਤ ਮਾੜਾ ਬੋਲਦਾ ਪਿਆ ਸੀ ਉਹ ਕਹਿੰਦਾ ਸੀ ਸੰਤ ਜੀ ਨੂੰ ਕੋਈ ਗਿਆਨ ਨਹੀਂ ਹੈਗਾ ਸੰਤ ਜੀ ਸਿਰਫ ਹਵਾ 'ਚ ਗੱਲਾਂ ਕਰਦੇ ਨੇ ਹੋਰ ਵੀ ਬੜੀਆਂ ਮਾੜੀਆਂ ਗੱਲਾਂ ਕੀਤੀਆਂ ਉਹ ਕਹਿੰਦਾ ਅੱਛਾ ਇੰਨਾ ਕੁਝ ਮੇਰੇ ਬਾਰੇ ਮਾੜਾ ਬੋਲਿਆ ਕਹਿੰਦਾ ਹਾਂਜੀ ਕਿੰਦਾ ਉਹਨੇ ਜੋ ਮਾੜਾ ਬੋਲਿਆ ਉਹਨੇ ਜੋ ਕੂੜਾ ਕਰਕਟ ਆਪਣੇ ਮੂੰਹ ਵਿੱਚੋਂ ਕੱਢਿਆ ਉਹ ਰਸਤੇ ਵਿੱਚ ਡਿੱਗ ਗਿਆ ਸੀ ਪਰ ਤੂੰ ਉਹਨੂੰ ਉੱਥੋਂ ਚੁੱਕ ਕੇ ਮੇਰੇ ਤੱਕ ਪਹੁੰਚਦਾ ਕਰ ਦਿੱਤਾ ਇਸ ਹਿਸਾਬ ਨਾਲ ਉਸ ਤੋਂ ਜ਼ਿਆਦਾ ਦੋਸ਼ੀ ਤਾਂ ਤੂੰ ਹੀ ਉਹ ਕੂੜਾ ਤੇ ਰਾਹ ਹੀ ਰਹਿ ਗਿਆ ਸੀ ਤੂੰ ਕੂੜਾ ਮੇਰੇ ਤੱਕ ਪਹੁੰਚਦਾ ਕੀਤਾ ਉਹਨੂੰ ਕਹਿੰਦੇ ਅੱਜ ਇੱਕ ਗੱਲ ਦੱਸ ਤਾਂ ਪੱਲੇ ਬੰਨ ਲੈ ਕੰਮ ਆਵੇਗੀ ਜਿੱਥੋਂ ਸੁਣੀ ਉਥੇ ਛੱਡ ਕੇ ਆ ਜੇ ਇਹ ਗੱਲ ਨਾ ਤਾਂ ਤੇਰੇ ਘਰ ਕਲੇਸ਼ ਕਰੂਗੀ ਤੇ ਨਾ ਹੀ ਤੇਰੇ ਹੋਰ ਕਿਤੇ ਲੜਾਈ ਕਰਾਊਗੀ ਜੇ ਇਹ ਹੀ ਗੱਲ ਤੂੰ ਕਿਸੇ ਹੋਰ ਨੂੰ ਜਾ ਕੇ ਦੱਸਦਾ ਉਹ ਉਸ ਬੰਦੇ ਕੋਲ ਜਾਂਦਾ ਜਿਸਦੇ ਨਾਲ ਲੜਾਈ ਵਾਦੀ ਐਵੇਂ ਇੱਕ ਗੱਲ ਇਹ ਪੱਲੇ ਬੰਨ ਲੈ ਜਿੱਥੋਂ ਸੁਣੇਗਾ ਉੱਥੇ ਉਹ ਗੱਲ ਨੂੰ ਛੱਡ ਐ ਆਪਣੇ ਢਿੱਡ ਦੇ ਵਿੱਚ ਗੱਲ ਨੂੰ ਪਛਾਣਾ ਸਿੱਖ ਤੇਰੀ ਇਹ ਹੀ ਗੱਲ ਕਰਕੇ ਤੇਰੇ ਇਹ ਹੀ ਸੁਭਾ ਕਰਕੇ ਤੂੰ ਐਸੀ ਲੜਾਈ ਵਿੱਚ ਫਸੇਗਾ ਐਸੇ ਕਲੇਸ਼ ਵਿੱਚ ਫਸੇਗਾ ਜਿਸ ਦੇ ਨਾਲ ਤੇਰੇ ਜਿਹੜਾ ਤੇਰਾ ਜੀਵਨ ਹੈ ਨਾ ਉਹ ਤਬਾਹ ਹੋ ਸਕਦੇ ਇਸ ਲਈ ਕਿ ਆ ਜਾਂਦਾ ਹੈ ਕਦੇ ਵੀ ਜੇ ਕੋਈ ਇਤਬਾਰ ਕਰਕੇ ਤੁਹਾਨੂੰ ਕੋਈ ਗੱਲ ਦੱਸਦਾ ਇਹ ਕਿਸੇ ਬਾਰੇ ਮਾੜਾ ਬੋਲ ਰੇ ਤੇ ਅੱਗੋਂ ਉਸ ਬਾਰੇ ਕਦੀ ਮਾੜਾ ਨਾ ਬੋਲੋ ਤੇ ਉਹ ਗੱਲ ਸੁਣ ਕੇ ਉੱਥੇ ਹੀ ਉਹਨੂੰ ਛੱਡ ਉਸ ਗੱਲ ਨੂੰ ਨਾਲ ਨਾ ਲੈ ਕੇ ਆਓ ਚੰਗੀਆਂ ਗੱਲਾਂ ਸਿੱਖ ਕੇ ਨਾਲ ਲੈ ਕੇ ਆਓ ਮਾੜੀਆਂ ਜਿੱਥੋਂ ਸੁਣੀਆਂ ਉੱਥੇ ਹੀ ਛੱਡ ਇਹ ਜ਼ਿੰਦਗੀ ਦਾ ਬਹੁਤ ਵੱਡਾ ਨਿਯਮ ਹੈ ਹਰ ਥਾਂ ਕੰਮ ਆਵੇਗਾ ਇੱਕ ਵਾਰ ਇੱਕ ਬੀਬੀ ਆਪਣੇ ਦੋ ਜਵਾਕਾਂ ਨੂੰ ਲੈ ਕੇ ਤੇ ਇੱਕ ਪੰਡ ਕੱਪੜਿਆਂ ਦੀ ਬੰਨ੍ਹ ਕੇ ਸਿਰ ਤੇ ਰੱਖ ਕੇ ਤੇ ਕਿਸੇ ਨਗਰ ਨੂੰ ਜਾ ਰਹੀ ਹੁੰਦੀ ਪਹਿਲੇ ਸਮਿਆਂ ਦੇ ਵਿੱਚ ਲੋਕ ਪੈਦਲ ਜਿਹੜਾ ਸੀ ਸਫ਼ਰ ਤੈਅ ਕਰਿਆ ਕਰਦੇ ਸੀ ਹਜੀ ਉਹ ਕੁਝ ਦੂਰੀ ਤੀ ਜਾਂਦੀਏ ਤੇ ਕਦੀ ਇੱਕ ਜਵਾਕ ਨੂੰ ਚੁੱਕਦੀਏ ਕਦੀ ਦੂਸਰੇ ਨੂੰ ਸਿਰ ਤੇ ਈ ਡੀ ਵੱਡੀ ਪੰਡ ਹੋਣ ਕਰਕੇ ਉਤ ਤੁਰਿਆ ਵੀ ਨਹੀਂ ਜਾਂਦਾ ਰਸਤੇ ਦੇ ਵਿੱਚ ਇੱਕ ਥਾਂ ਤੇ ਬੈਠ ਜਾਂਦੀ ਇੰਤਜ਼ਾਰ ਕਰਦੀ ਕੋਈ ਆਵੇਗਾ ਤੇ ਉਹਦੇ ਨਾਲ ਚੜ ਕੇ ਚਲੇ ਜਾਵਾਂਗੇ ਇੰਨੇ ਨੂੰ ਇੱਕ ਟਾਂਗਾ ਹੁੰਦਾ ਉਹਦੇ ਵਿੱਚ ਉਹਨੇ ਕੁਝ ਪਾ ਕੇ ਰੱਖਿਆ ਹੁੰਦਾ ਉਹ ਟਾਂਗੇ ਨੂੰ ਹੱਥ ਦੇ ਕੇ ਕਹਿੰਦੀ ਰੁਕ ਜੋ ਉਹ ਰੁਕ ਜਾਂਦਾ ਉਕੇ ਨਾ ਕਹਿੰਦੀ ਕਿ ਮੇਰੇ ਨਾ ਤੂੰ ਇਹਨਾਂ ਤੂੰ ਕਿਹੜੀ ਥਾਂ ਤੇ ਚੱਲੇ ਉਹ ਦੱਸਦਾ ਵੀ ਮੈਂ ਇਸ ਨਗਰ ਤੋਂ ਉਸ ਨਗਰ ਚੱਲਾਂ ਉਹਨੇ ਦੋ ਤਿੰਨ ਕਿ ਆਂਦੀ ਪਿੱਥੋਂ ਜਾਏਗਾ ਤੇ ਇਹਦੇ ਵਿੱਚ ਇਹ ਤਿੰਨ ਨਗਰ ਆਉਣੇ ਨੇ ਭਾਵ ਜਿਹੜਾ ਇਸ ਤੋਂ ਤੀਜਾ ਨਗਰ ਹੈ ਤੂੰ ਉੱਥੇ ਨਾ ਮੇਰੇ ਜਵਾਕਾਂ ਨੂੰ ਉਤਾਰ ਦੀ ਮੈਂ ਤੇ ਆਪਣੀ ਗੰਢੜੀ ਚੁੱਕ ਕੇ ਹੌਲੀ-ਹੌਲੀ ਪਹੁੰਚੀ ਜਾਵਾਂਗੀ ਉਹਨੂੰ ਥਾਂ ਟਿਕਾਣਾ ਪਤਾ ਸਾਰਾ ਕੁਝ ਦੱਸ ਦਿੰਦੀ ਵੀ ਉੱਥੇ ਆ ਦੁਕਾਨੀ ਉਹਦੇ ਅੱਗੇ ਉਤਾਰਦੀ ਮੈਂ ਹੌਲੀ-ਹੌਲੀ ਤੁਰ ਕੇ ਆ ਜਾਾਂਗੀ ਦੋ ਜਵਾਕਾਂ ਚੋਗੀ ਤੇ ਥਾਂ ਹੈ ਹੀ ਉਹ ਗੋ ਸੁਣ ਲੈਂਦਾ ਸਾਰੀ ਗਾ ਕੁਝ ਸਮਾਂ ਜਦੋਂ ਚੁੱਪ ਰਿੰਦਾ ਫਿਰ ਕਹਿੰਦਾ ਮਾਈ ਬੀਬੀ ਇੱਕ ਗੱਲ ਸੁਣ ਤੈਨੂੰ ਜਿੰਨੀਆਂ ਗਾਲਾਂ ਆਉਂਦੀਆਂ ਨੇ ਨਾ ਤੂੰ ਸਾਰੀਆਂ ਗਾਲਾਂ ਕੱਢ ਦੇ ਉਹ ਕਹਿੰਦੀ ਪਿਪਾਲੇ ਪੁਰਖਾ ਮੇਰਾ ਤੂੰ ਸਫ਼ਰ ਕਟਾਏਗਾ ਮੇਰੇ ਜਵਾਕਾਂ ਦੀਆਂ ਲੱਤਾਂ ਐਵੇਂ ਥਕਣਗੀਆਂ ਤੁਰ-ਤੁਰ ਕੇ ਤੇ ਉਹ ਨਹੀਂ ਥਕਣਗੀਆਂ ਤੇ ਉੱਥੇ ਤੱਕ ਪਹੁੰਚ ਜਾਣਗੇ ਮੀਨੂ ਦੇ ਸਗੋਂ ਦੁਆਵਾਂ ਤੇ ਅਸੀਸਾਂ ਦੇਣੀਆਂ ਚਾਹੀਦੀਆਂ ਨੇ ਵੀ ਤੂੰ ਮੇਰਾ ਭਾਰ ਹੋਲਾ ਕੀਤਾ ਤੇ ਤੂੰ ਕਿੰਨੇ ਗਾਲਾਂ ਕੱਢ ਉਕੇ ਨਾ ਬੀਬੀ ਤੇਨੂੰ ਜਿੰਨੀਆਂ ਆਉਂਦੀਆਂ ਤੂੰ ਗਾਲਾਂ ਕਰ ਕਹਿੰਦੀ ਵੇ ਦੁਰਫਿਟੇਮ ਤੇਰੇ ਸਿਰ 'ਚ ਸਵਾ ਤੇਰੇ ਸਿਰ 'ਚ ਪਵੇ ਅੱਗ ਤੂੰ ਤੇ ਜਮਾ ਹੀ ਕਿਸੇ ਕੰਮ ਦਾ ਨਹੀਂ ਹੈਗਾ ਤੂੰ ਤੇ ਕਿਸੇ ਦੇ ਆਖੇ ਨਹੀਂ ਲੱਗਦਾ ਉਹਨੂੰ ਜਿੰਨੀਆਂ ਗਾਲਾਂ ਆਉਂਦੀਆਂ ਸਨ ਨਾ ਉਹਨੇ ਸਾਰੀਆਂ ਸਿਰ ਤੋਂ ਲੈ ਕੇ ਵੜ ਤੱਕ ਉਹਨੇ ਸਾਰਾ ਸੁਣਾ ਦਿੱਤੀ ਓਕੇ ਨਾ ਬੀਬੀ ਹੋ ਗਿਆ ਖਾਤਾ ਪੂਰਾ ਕਹਿੰਦੀ ਹਾਂ ਹੋ ਗਿਆ ਪਰ ਗੱਲ ਦੱਸ ਇਹ ਕਿਉਂ ਕਹਿੰਦਾ ਜਦੋਂ ਮੈਂ ਤੇਰੇ ਜਵਾਕਾਂ ਨੂੰ ਨਾਲ ਨਹੀਂ ਸੀ ਲੈ ਕੇ ਜਾਣਾ ਤੇ ਤੂੰ ਫਿਰ ਮੈਨੂੰ ਗਾਲਾਂ ਹੀ ਕੱਢਣੀਆਂ ਸਨ ਤੇ ਇਸ ਤੋਂ ਚੰਗਾ ਮੇਰੇ ਪਿੱਠ ਪਿੱਛੇ ਜਦੋਂ ਮੈਂ ਤੁਰ ਜਾਣਾ ਸੀ ਤੂੰ ਮੇਰੀ ਕੰਡ ਦੇ ਪਿੱਛੇ ਮੈਨੂੰ ਗਾਲਾਂ ਕੱਢਣੀਆਂ ਸਨ ਤੂੰ ਮੇਰੇ ਮੂੰਹ ਤੇ ਕੱਢ ਲੀ ਉਹ ਕਹਿੰਦੀ ਵੀ ਕਿਉਂ ਤੂੰ ਲੈ ਕੇ ਨਹੀਂ ਜਾਣਾ ਕਹਿੰਦੀ ਬੀਬੀ ਤੇ ਕਹਿੰਦਾ ਬੀਬੀ ਤੈਨੂੰ ਪਤਾ ਹੈ ਵੀ ਇਹਦੇ ਵਿੱਚ ਆ ਕੀਮਤੀ ਸਮਾਨ ਪਿਆ ਥਾਂ ਕਿਤੇ ਨਹੀਂ ਹੈਗੀ ਉੱਤੇ ਮੈਂ ਬਿਠਾ ਨਹੀਂ ਸਕਦਾ ਨਾਲ ਮੈਂ ਲੈ ਕੇ ਨਹੀਂ ਜਾਣਾ ਇਸ ਕਰਕੇ ਤੂੰ ਪਿੱਛੇ ਬੜਬੜ ਕਰਨੀ ਸੀ ਤੂੰ ਮੇਰੇ ਮੂੰਹ ਤੇ ਕਰ ਲਈ ਇਹ ਕਹਿ ਕੇ ਤੇ ਉੱਥੋਂ ਚੱਲਾਂ ਗਿਆ ਕਹਿੰਦੇ ਨਾਲ ਉਹਨੂੰ ਬੀਬੀ ਨੂੰ ਆ ਕੇ ਗਿਆ ਇੱਕ ਗੱਲ ਹਮੇਸ਼ਾ ਪੱਲੇ ਬੰਨ ਲੀ ਕਦੀ ਵੀ ਜਦੋਂ ਕਿਸੇ ਨੂੰ ਕੁਝ ਕਹਿਣਾ ਹੋਵੇ ਮੂੰਹ ਤੇ ਕਹੋ ਖਰੀ ਗੱਲ ਕਹੀ ਪਿੱਛੇ ਪਿੱਠ ਪਿੱਛੇ ਕੀਤੀਆਂ ਚੁਗਲੀਆਂ ਨਾਲੋਂ ਕਿਤੇ ਵਧੀਆ ਉਹ ਬੰਦਾ ਕਦੀ ਬੰਦਾ ਨਹੀਂ ਹੁੰਦਾ ਜੋ ਮੂੰਹ ਤੇ ਵਾਵਾ ਤੇ ਉਹਦੇ ਉੱਠਦੇ ਅੰਸਾਰੀ ਚੁਗਲੀਆਂ ਕਰਨ ਲੱਗ ਜਾਵੇ ਚੁਗਲਖੋਰ ਇਨਸਾਨ ਜੇਕਰ ਅੱਜ ਕਿਸੇ ਦੀਆਂ ਚੁਗਲੀਆਂ ਤੁਹਾਡੇ ਕੋਲ ਕਰਦਾ ਪਿਆ ਤੇ ਤੁਹਾਡੇ ਉੱਠਣ ਸਾਰੀ ਤੁਹਾਡੀਆਂ ਚੁਗਲੀਆਂ ਕਿਸੇ ਹੋਰ ਨਾਲ ਕਰਨ ਲੱਗ ਜਾਏਗਾ ਇਸ ਲਈ ਇਹ ਚੁਗਲੀ ਦੀ ਆਦਤ ਤੋਂ ਜਿੰਨਾ ਬਚੋਗੇ ਇਹ ਮਾੜੇ ਸੁਭਾਅ ਤੋਂ ਜਿੰਨਾ ਬਚੋਗੇ ਓਨੀ ਹੀ ਜ਼ਿੰਦਗੀ ਸਵਰਗ ਬਣੀ ਰਹੇਗੀ ਜੋ ਲੋਕ ਇੱਕ ਥਾਂ ਸੁਣ ਕੇ ਦੂਜੇ ਥਾਂ ਜਾ ਕੇ ਚੁਗਲੀਆਂ ਕਰਦੇ ਨੇ ਦੂਜਿਆਂ ਦੀਆਂ ਨਿੰਦਿਆ ਕਰਦੇ ਨੇ ਉਹ ਦੂਜਿਆਂ ਦੇ ਤਾਂ ਪਾਪ ਧੋਂਦੇ ਨੇ ਪਰ ਆਪਣੇ ਸਿਰ ਉਹ ਪਾਪ ਚੜਾਈ ਜਾਂਦੇ ਨੇ ਇਸ ਲਈ ਆਪਣੇ ਮਾੜੇ ਸੁਭਾਅ ਨੂੰ ਗੁੱਸਾ ਸੁਸੇ ਵਾਲੇ ਸੁਭਾਅ ਨੂੰ ਕਿਸੇ ਬਾਰੇ ਚੁਗਲੀਆਂ ਕਰਿਆ ਜਾਣੀਆਂ ਇਸ ਤੋਂ ਜਿੰਨੀ ਛੇਤੀ ਤੁਸੀਂ ਛੁਟਕਾਰਾ ਪਾ ਲੋਗੇ ਜ਼ਿੰਦਗੀ ਓਨੀ